ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਫੌਜੀ ਜਵਾਨ ਅਨੰਤਨਾਗ 'ਚ ਹੋਇਆ ਸ਼ਹੀਦ। ਦੋ ਮਾਸੂਮਾਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ, ਪਿੰਡ ਵਿੱਚ ਗਮ ਦਾ ਮਾਹੌਲ। ਸ਼੍ਰੀਨਗਰ ਦੇ ਅਨੰਤਨਾਗ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਪੰਜਾਬ ਦਾ ਇੱਕ ਫੌਜੀ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਜਵਾਨ ਲਾਸ਼ ਨਕਾਇਕ ਗੁਰਪ੍ਰੀਤ ਸਿੰਘ 19 RR ਅਨੰਤਨਾਗ ਵਿੱਚ ਤਾਇਨਾਤ ਸੀ। ਸ਼ਹੀਦ ਫੌਜੀ ਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਉਹ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਨਿਵਾਸੀ ਸੀ। ਜਾਣਕਾਰੀ ਅਨੁਸਾਰ ਅਨੰਤਨਾਗ ਵਿੱਚ ਅੱਤਵਾਦੀਆਂ ਦੀ ਮਿਲੀ ਇਨਪੁੱਟ ਦੌਰਾਨ ਜਵਾਨਾਂ ਵੱਲੋਂ ਕੀਤੇ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਜਵਾਨਾਂ ਦੀ ਗੱਡੀ ਅਚਾਨਕ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਦੌਰਾਨ ਗੱਡੀ ਵਿੱਚ ਸਵਾਰ 8 ਜਵਾਨ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਜਵਾਨ ਗੁਰਪ੍ਰੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ। ਸ਼ਹੀਦ ਫੌਜੀ ਜਵਾਨ ਗੁਰਪ੍ਰੀਤ ਸਿੰਘ ਦਾ ਅੱਜ ਪਿੰਡ ਸਰਾਵਾਂ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਦੋ ਮਾਸੂਮ ਬੱਚਿਆਂ ਦੇ ਸਿਰੋਂ ਪਿਓ ਦਾ ਸਾਇਆ ਉੱਠ ਗਿਆ ਹੈ। ਪਿੰਡ ਵਿੱਚ ਗਮ ਦਾ ਮਾਹੌਲ। ਹਾਂਜੀ ਸਰ, ਦੱਸ ਦਿਓ ਅੱਜ ਜਿੰਨਾ ਡੈਥ ਹੋਈ ਹੈ, ਕੀ ਲੱਗਦਾ ਜੀ ਤੁਹਾਡੇ ਤੇ, ਕਿਸ ਤਰ੍ਹਾਂ ਇਹਨਾਂ ਦੀ ਡੈਥ ਹੋਈ ਹੈ? ਸਾਡੇ ਛੋਟਾ ਬੇਟਾ ਹੈ ਜੀ ਗੁਰਪ੍ਰੀਤ ਸਿੰਘ। ਕਿੰਨਾ ਹੀ ਡੈਥ, ਕਿਸ ਤਰ੍ਹਾਂ ਹੋਈ ਜੀ? ਦੱਸ ਸਾਨੂੰ ਰਾਤੀ 8 ਵਜੇ 9 ਵਜੇ ਫੋਨ ਆਇਆ ਵਾ ਕਿ ਸਾਹਿਬ ਨੇ ਕੀਤਾ ਵੀ ਇੱਦਾਂ ਇੱਦਾਂ ਇਹਨਾਂ ਪ੍ਰੈਸ਼ਰ 'ਤੇ ਜਾਂਦਿਆਂ ਗੱਡੀ ਇਹਨਾਂ ਦੀ ਫਟ ਗਈ ਆ, ਇਹਨਾਂ ਦੀ ਸ਼ਹੀਦੀ ਪ੍ਰਾਪਤ ਹੋਈ, ਸ਼ਹੀਦੀ ਵੱਲੋਂ ਦੱਸਿਆ ਉਹਨਾਂ ਨੂੰ। ਹਾਂਜੀ ਸਰ, ਦੱਸ ਦਿਓ ਅੱਜ ਜਿੰਨਾ ਹੀ ਡੈਥ ਹੋਈ ਹੈ, ਇਸ ਜਵਾਨ ਦਾ ਨਾਮ ਕੀ ਹੈ? ਇਹ ਜਵਾਨ ਗੁਰਪ੍ਰੀਤ ਸਿੰਘ ਅਨੰਤਨਾਗ ਡਿਊਟੀ ਕਰਦੇ ਸੀ ਅਤੇ 19 RR 'ਚ, ਅਤੇ ਚਾਚਾ ਜੀ ਸਰਦਾਰ ਲਖਵਿੰਦਰ ਸਿੰਘ ਦੇ ਬੇਟੇ ਸੀਗੇ, ਸਾਡੇ ਛੋਟੇ ਭਰਾ ਲੱਗਦੇ ਸੀ। ਅਤੇ 8:30 ਦੇ ਵਿੱਚ ਕੱਲ੍ਹ ਰਾਤ ਫੋਨ ਆਇਆ ਵਾ ਕਿ ਗੁਰਪ੍ਰੀਤ ਸਿੰਘ ਜਿਹੜਾ ਸੀਗਾ ਉਹਦੇ ਮਤਲਬ ਕਿ ਸਰਚ ਆਪਰੇਸ਼ਨ ਨੂੰ ਜਾਂਦਿਆਂ ਗੱਡੀ ਪਲਟ ਗਈ ਆ, ਅਤੇ ਟੋਟਲ 9 ਜਵਾਨ ਸੀਗੇ ਅਤੇ 8 ਜਿਹੜੇ ਸੀਗੇ ਉਹ ਇੰਜਰਡ ਨੇ, ਅਤੇ ਤੁਹਾਡੇ ਜਵਾਨ ਦੀ ਜਿਹੜੇ ਗੁਰਪ੍ਰੀਤ ਦੀ ਆ ਉਹ ਸ਼ਹੀਦ ਹੋ ਚੁੱਕੀ। ਇਹਨਾਂ ਦੀ ਉਮਰ ਕਿੰਨੀ ਸੀ? 32 ਸਾਲ ਹੋਏ ਜੀ। ਤੇ ਕਿੰਨੇ ਬੱਚੇ ਇਹਨਾਂ ਦੇ? 2 ਬੱਚੇ ਨੇ, ਵੱਡਾ ਬੱਚਾ 6 ਸਾਲ ਦਾ ਵਾ ਤੇ ਛੋਟਾ 3 ਸਾਲ ਦਾ ਹੋਵੇਗਾ। ਜਦੋਂ ਇਹਨਾਂ ਦੀ ਡੈਥ ਹੋਈ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਸਾਨੂੰ ਫੋਨ ਕਾਲ ਆਈ ਹੈ, ਹੈੱਡਕੁਆਰਟਰ ਤੋਂ ਆਈ ਹੈ, ਸ਼ਾਇਦ GCO ਸਾਹਿਬ ਹੀ ਜਾਂ ਕੋਈ ਕੰਪਨੀ ਕਮਾਂਡਰ ਕੋ ਆਫੀਸਰ ਦੇਖ ਰਹੇ ਸੀ।